ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜਾਮ ਗੁਰੂ ਹੋਏ ਵੱਲ ਧਨ ਹੈ ਕਿਆ ਗਾਰਵ ਦਿੱਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹ ਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਥੇ ਰਹੈ ਪਾਠਾ ਜੀ ਨੇ ਸਰਵਣ ਕੀਤਾ ਹੈ ਜਾਮ ਗੁਰੂ ਹੋਏ ਵੱਲ ਇੱਥੇ ਵਿਸਰਾਮ ਹੈ ਤਾਂ ਇਹ ਕੀ ਗਾਰਵ ਦਿੱਜੈ ਦਿੱਜੈ ਪਾਠ ਬੋਲਣਾ ਹੈ ਇਸੇ ਤਰ੍ਹਾਂ ਜਾਮ ਗੁਰੂ ਇੱਥੇ ਥੋੜਾ ਜਿਹਾ ਜਮਕ ਲਾ ਕੇ ਵੱਲ ਦੇਵ ਤੇ ਵਿਸਰਾਮ ਹੈ ਅਖੀਰ ਦੇ ਵਿੱਚ ਜੋ ਗੁਰੂ ਨਾਮ ਰਿੱਧ ਮਹਤਰਾ ਇੱਥੇ ਵਿਸਰਾਮ ਸੋ ਜਨਮ ਮਰਨ ਅਣਾਣੇ ਦੀ ਆਵਾਜ਼ ਹੈ ਇੱਥੇ ਥੋੜਾ ਰੁਕ ਕੇ ਦੋਹ ਠੇ ਰਹਿ ਇਹ ਪਾਠ ਵੱਖਰੇ ਵੱਖਰੇ ਹਨ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸਵਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹ ਜਨ ਗੁਰੂ ਨਾ ਦੇਖਿ ਆਉ ਨਾ ਕੀ ਆਉ ਤੇ ਅਕਿਆਥ ਸੰਸਾਰ ਮਹਿ ਗੁਰ ਬਿਨ ਇਥੇ ਜਮਕ ਕੋਰ ਅੰਧਾਰ ਇਥੇ ਵਿਸਰਾਮ ਇਹਨੂੰ ਅੰਧਾਰ ਜਾਂ ਅੰਦਾਰ ਇਹ ਦੋ ਤਰੀਕੇ ਨਾਲ ਨਹੀਂ ਬੋਲਣਾ ਨਾ ਤਾਂ ਦੱਦਾ ਪੂਰਾ ਬੋਲਣਾ ਹੈ ਤੇ ਨਾ ਪੋਲਾ ਦੱਦਾ ਬੋਲਣਾ ਹੈ ਧਾ ਦੀ ਆਵਾਜ਼ ਦੇਣੀ ਹੈ ਹਿੰਦੀ ਵਾਲੇ ਦੀ ਅੰਧਾਰ ਇੱਥੇ ਵਿਸਰਾਮ ਗੁਰ ਬਿਨ ਸੁਰਤ ਨਾ ਸਿੱਧ ਇੱਥੇ ਫਿਰ ਵਿਸਰਾਮ ਗੁਰ ਕਰ ਸੱਚ ਵਿਚਾਰ ਇਸ ਤਰ੍ਹਾਂ ਪਾਠ ਨਖੇੜ ਨਖੜ ਕੇ ਭੁੱਲਣੇ ਨੇ ਇੱਥੇ ਵਿਸਰਾਮ ਵਿਚਾਰ ਦੇ ਉੱਤੇ ਗੁਰ ਕਰ ਸ਼ਬਦ ਸੁਪੰਨ ਇੱਥੇ ਫਿਰ ਵਿਸਰਾਮ ਅਗਲਾ ਪਾਠ ਜੋ ਧਿਆਨ ਦੇ ਕੇ ਭੁੱਲਣਾ ਹੈ ਗੁਰ ਨੈਣ ਬੈਣ ਹੁਣ ਇਹਨੂੰ ਨੈਣ ਬਜਣ ਜਾਂ ਹੋਰ ਹੀ ਤਰੀਕੇ ਨਾਲ ਨਹੀਂ ਬੋਲ ਦੇਣਾ ਨੰਨੇ ਦੇ ਅਗਲੇ ਪਾਸੇ ਯਈਆ ਹੈ ਬੱਬੇ ਦੇ ਨਾਲ ਵੀ ਯਈਆ ਤੇ ਨਾਣੇ ਸਿਆਰੀ ਹੈ ਇਹ ਜੋ ਯਈਆ ਹੈ ਇੰਦਲਾਵਾਂ ਦੀ ਬਾਜ ਦੇਵੇਗਾ ਗੁਰ ਨੈਣ ਬੈਣ ਇੱਥੇ ਜਮਕ ਗੁਰ ਗੁਰ ਕਰਹੁ ਇੱਥੇ ਵਿਸਰਾਮ ਗੁਰ ਸਤ ਕਵ ਨਲਯਕ ਹੈ ਨਲਯ ਕਸ ਕੇ ਬੋਲਣਾ ਹੈ ਲਲਦੇ ਦੇ ਪੈਰ ਜੱਦਾ ਯਈਆ ਥੋੜੀ ਜੀ ਸਿਆਰੀ ਤੇੜ ਦੀ ਆਵਾਜ਼ ਅਖੀਰ ਚਾਹੇਗੀ ਇਸ ਤਰ੍ਹਾਂ ਦੀ ਆਵਾਜ਼ ਹੈ ਨਲ ਜਨ ਗੁਰੂ ਇਹ ਤੇ ਜਮਕ ਨੰਨਾ ਮੁਕਤਾ ਹੈ ਨਾ ਦੇਖਿਆਓ ਇਥੇ ਜਮਕ ਨਹ ਕੀਆਓ ਇੱਥੇ ਵਿਸਰਾਮ ਹੈ ਅਗਲਾ ਪਾਠ ਹੈ ਅਕਯਥ ਇਹਨੂੰ ਅਕਯਥ ਜਾਂ ਹੋਰ ਤਰੀਕੇ ਨਾਲ ਨਹੀਂ ਪੜਨਾ ਐੜਾ ਕਕਾ ਈੜੀ ਸਿਹਾਰੀ ਐੜਾ ਤਥਾ ਇਸ ਤਰ੍ਹਾਂ ਈੜੀ ਸਿਹਾਰੀ ਦੀ ਆਵਾਜ਼ ਦੇ ਕੇ ਐੜ ਦੀ ਆਵਾਜ਼ ਦੇ ਕੇ ਮਗਰੋਂ ਤਥਾ ਬੋਲਣਾ ਹੈ ਅਕਯਥ ਇਥੇ ਜਮਕ ਸੰਸਾਰ ਮਹ ਗੁਰੂ 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 ਕਰ ਮਨ ਮੇਰੇ ਤਾਰਨ ਤਰਨ ਸਮੱਥ ਕਲ ਜੁਗ ਸੁਣਤ ਸਮਾਦ ਸਬਦ ਜਿਸ ਕੇਰੇ ਫਨ ਦੁੱਖਣ ਨਾਸ ਸੁਖ ਦਾਇਕ ਸੂਰਾ ਜੋ ਧਰਤ ਧਿਆਨ ਬਸਤ ਤਹ ਨੇਰੇ ਪੂਰਾ ਪੁਰਖ ਹਿਰਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹਿ ਪਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਗੁਰੂ ਇੱਥੇ ਜਮਕ ਗੁਰੂ ਕਰ ਇੱਥੇ ਵਿਸਰਾਮ ਮਨ ਮੇਰੇ ਇਹ ਬਾਤ ਵੱਖਰਾ ਹੈ ਤਾਰਣ ਤਰਣ ਸਮੱਥ ਪਹਿਲਾਂ ਦਾ ਧਿਆਰ ਰੱਖਣਾ ਵੀ ਅਣਾਣਿਆਂ ਦੀ ਆਵਾਜ਼ ਹੈ ਤਾਰਣ ਤਰਣ ਸਮੱਥ ਮਮਾ ਮੁਕਤਾ ਹੈ ਨਵੇਂ ਪਸਰੂਪਾਂ ਦੇ ਵਿੱਚ ਪੋਥੀਆਂ ਸੈਂਚੀਆਂ 'ਚ ਸਮਰੱਥ ਪਾਠ ਵੀ ਆਉਂਦਾ ਹੈ ਮੰਮੀ ਦੇ ਪੈਰ ਜੁਰਾਰਾ ਲੇਕਿਨ ਮੁੱਖ ਜੋ ਪ੍ਰਾਤਨ ਪਾਠ ਹੈ ਉਸ ਮੱਥ ਹੈ ਇੱਥੇ ਹੀ ਜਮਕ ਹੈ ਕਲਯੁਗ ਇੱਥੇ ਵਿਸਰਾਮ ਸੁਨਤ ਇਹ ਪਾਠ ਕੋਲਾ ਹੈ ਟਿੱਪੀ ਲਾ ਕੇ ਸੁਨਤ ਨਹੀਂ ਪੜਨਾ ਹੈ ਸਮਾਧ ਦੇ ਤੇ ਜਮਕ ਸਬਦ ਜਿਸ ਕੇਰੇ ਤੁਨ ਦੁਖਣ ਨਾਸ ਇੱਥੇ ਜਮਕ ਸੁਖਦਾਇਕ ਸੂਰਉ ਇੱਥੇ ਵਿਸਰਾਮ ਬਾਕੀ ਪਾਠ ਆਪ ਜੀ ਨੇ ਇਸੇ ਤਰ੍ਹਾਂ ਪੜ੍ਹਨਾ ਹੈ। ਅਕੀਲ ਦੀ ਪੰਕਤੀ ਵਿੱਚ ਜਾਹ ਹਰ ਬੁੱਧ ਰਿੱਧ ਸਿੱਧ ਚਾਹਤ ਇੱਥੇ ਵਿਸਰਾਮ ਗੁਰੂ ਗੁਰੂ ਗੁਰ ਕਰ ਮਨ ਮੇਰੇ ਇਸ ਤਰ੍ਹਾਂ ਦਾ ਪਾਠ ਦਾ ਉਚਾਰਨ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਆ ਉਤੀ ਜੋ ਪਿਆਸ ਪਿਉਸ ਪਿਵੰਨ ਕੀ ਬੰਛਤ ਸਿੱਧ ਕਾਓ ਬਿੱਧ ਮਿਲਾਯੋ ਪੂਰਨ ਭੋ ਮਾਨਾ ਠੌਰ ਬਸੋ ਰਸ ਬਾਸਣ ਸਿਓ ਜੋਦ ਹੰ ਦਿਸਤਾਯੋ ਗੋਬਿੰਦ ਬਾਲ ਗੋਬਿੰਦ ਪੁਰੀ ਸਮ ਜਲਿਨ ਤੀਰ ਬਿપાસ ਬਨਾਯੋ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਇਤਿਆਰ ਖਣਾ ਹੈ ਗੁਰੂ ਮੁਖ ਦੇਖ ਇਥੇ ਵਿਸਰਾਮ ਅਗਲਾ ਪਾਠ ਗੁਰੂ ਨਹੀਂ ਪੜ ਦੇਣਾ ਗਰੂ ਹੈ ਗਗਾ ਮੁਕਤਾ ਹੈ ਗੁਰੂ ਦਾ ਦਰਸ਼ਨ ਕਰਨ ਦੇ ਨਾਲ ਮੁਖ ਦੇਖਣ ਦੇ ਨਾਲ ਕਣਾ ਜਿਹੜਾ ਆਨੰਦ ਹੈ ਸੁਖ ਹੈ ਪਾਇਆ ਹੈ ਗਰੂ ਸੁਖ ਪਾਇਆਓ ਯਈਏ ਦੇ ਉੱਤੇ ਕਨੌੜੇ ਦੀ ਆਵਾਜ਼ ਦੇ ਕੇ ਬੋਲਣਾ ਹੈ ਪਾਇਆਓ ਉਦੀ ਜੋ ਪਿਆਸ ਇੱਥੇ ਜਮਕ ਪਿਉਸ ਪਵੰਨ ਕੀ ਇੱਥੇ ਵਿਸਰਾਮ ਹੈ ਬੰਚਤ ਸਿੱਧ ਕਾਓ ਬਿੱਧ ਮਿਲਾਯੋ ਪੂਰਨ ਭੋ ਮਨ ਠੌਰ ਬਸੋ ਬਸੋ ਦੇ ਉੱਤੇ ਵਿਸਰਾਮ ਰਸ ਬਾਸਣ ਸਿਓ ਜਜੇ ਔਕੜ ਜੋ ਦਹੰ ਦਿਸ ਧਾਇਓ ਇਹ ਪਾਠ ਦਾ ਜਿਹੜਾ ਉਚਾਰਣ ਚਾਲ ਹੈ ਇਸ ਤਰ੍ਹਾਂ ਪੜਾਂਗੇ ਤੇ ਆਨੰਦ ਵੀ ਆਵੇਗਾ ਤੇ ਸਮਝ ਵੀ ਆਵੇਗੀ ਤੇ ਸੁਣਨ ਵਾਲੇ ਨੂੰ ਵੀ ਜਿਹੜਾ ਹੈ ਅਰਥ ਸਪਸ਼ਟ ਹੋਣਗੇ ਗੋਬਿੰਦ ਵਾਲ ਗੋਬਿੰਦ ਪੁਰੀ ਸਾਮ ਇੱਥੇ ਵਿਸਰਾਮ ਜਲਿਆਨ ਤੀਰ ਵਿਪਾਸ ਬਨਾਇਓ ਜਲਦਨ ਪਾਠ ਲੱਲ ਦੇ ਪੈ ਚਦਾ ਜਈਆ ਹੈ ਆਮ ਜਿਹੜੇ ਸੰਖਿਆ ਵਾਲੇ ਵੀ ਨੇ ਉਹ ਵੀ ਵੇਖਿਆ ਹੈ ਜਲਦਨ ਕਹਿ ਕੇ ਲੰਘ ਜਾਂਦੇ ਨੇ ਨਾਲ ਐੜੇ ਦੀ ਆਵਾਜ਼ ਵਿੱਚ ਜ਼ਰੂਰ ਦੇਣੀ ਜਲਦੇ ਨੂੰ ਸਿਹਾਰੀ ਲਾ ਕੇ ਜਲਦਨ ਤੀਰ ਬਿપાસ ਬਨਾਇਓ ਇਸ ਤਰ੍ਹਾਂ ਦਾ ਸ਼ੁੱਧ ਉਚਾਰਨ ਹੈ ਗਯੋ ਗੱਗਾ ਜਈਆ ਉੜੇ ਔਂਕੜ ਇਹਨੂੰ ਗਯੋ ਨਹੀਂ ਕਹਿ ਦੇਣਾ ਗੱਗਾ ਈੜੀ ਸਿਹਾਰੀ ਐੜਾ ਉੜੇ ਔਂਕੜ ਦੀ ਆਵਾਜ਼ ਹੈ ਗਯੋ ਦੁੱਖ ਦੂਰ ਬਰਖਣ ਕੋ ਇੱਥੇ ਵਿਸਰਾਮ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਇਹ ਫਿਰ ਗੁਰੂ ਪਾਠ ਆਇਆ ਹੈ ਧਿਆਨ ਨਾਲ ਪੜਨਾ ਹੈ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਗੁਰ ਕੀਨੀ ਕਿਰਪਾ ਹਰ ਨਾਮ ਜੀ ਆਵ ਜਿਸ ਦੇਖ ਚਰਨ ਅਗੰਨ ਹਰਿ ਆਵ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤਪਾਨ ਡਰ ਆਵ ਭਾਨ ਦਾਸ ਸੋ ਆਸ ਜਗਤਰ ਗੁਰੂ ਕੀ 파ਰਸ ਭੇਟ ਪਰਸ ਕਰਿ ਆਓ RAMDAS GURU ਹਰ ਸਤ ਕੀ ਆਵ ਸਮਰੱਥ ਗੁਰੂ ਸਿਰ ਹੱਥ ਧਰਿ ਆਓ ਪਾਠ ਧਿਆਨ ਦੇਣਾ ਹੈ ਸਮਰੱਥ ਗੁਰੂ ਰਾਰਾ ਪੂਰਾ ਹੈ ਇਹਨੂੰ ਜਲਦੀ ਨਾਲ ਨਹੀਂ ਪੜ੍ਹਨਾ ਸਮਰੱਥ ਨਹੀਂ ਕਹਿਣਾ ਸਮਰੱਥ ਗੁਰੂ ਪੜ੍ਹਨਾ ਹੈ ਇੱਥੇ ਵੀ ਸ੍ਰੀ ਰਾਮ ਸਿਰ ਹੱਥ ਧਰਿ ਆਓ ਇਸ ਤਰ੍ਹਾਂ ਦਾ ਉਚਾਰਨ ਹੈ ਆਉ ਦੀ ਆਵਾਜ਼ ਦੇਣੀ ਅਖੀਰ ਵਿੱਚ ਗੁਰ ਕੀਨੀ ਕਿਰਪਾ ਇੱਥੇ ਜਮਕ ਹਰ ਨਾਮ ਦੀ ਆਓ ਦੱਦੇ ਬਿਹਾਰ ਦੀ ਆਵਾਜ਼ ਲੰਮੀ ਦੇਣੀ ਹੈ ਦੀ ਆਓ ਐੜਾ ਤੇ ਓਂਗੜ ਦੀ ਆਵਾਜ਼ ਹੈ ਆਓ ਦੀ ਆਓ ਇੱਥੇ ਹੀ ਵਿਸਰਾਮ ਜਿਸ ਦੇਖ ਚਰਨ ਅਗੰਨ ਇਹਨੂੰ ਅਕੰਨ ਕਗਾ ਪੂਰਾ ਨਹੀਂ ਬੋਲਣਾ ਅਗੰਨ ਬੋਲਣਾ ਹੈ ਗਾਹੀ ਆਵਾਜ਼ ਹਰਿ ਆਓ ਹਾ ਹਾ ਰਾਰੇ ਦੇ ਪੈਰ ਵਿੱਚ ਅੱਦਾ ਜਈਆ ਪੜਨ ਵਾਸਤੇ ਸਮਝਣ ਲਈ ਹਾ ਹਾ ਰਾਰੇ ਸਿਹਾਰੀ ਐੜਾ ਓੜੀ ਓਂਗੜ ਹਰੇ ਆਓ ਨਿਸ ਬਾਸੁਰ ਬਾਸੁਰ ਦੇ ਸਸੇ ਦੀ ਔਂਕੜ ਦੀ ਬਾਜਰੂਰ ਦੇਣੀ ਹੈ ਤੇ ਚਮਕ ਇਕ ਸਮਾਨ ਧਿਆਨ ਇੱਥੇ ਵਿਸਰਾਮ ਸੋ ਨਾਮ ਸੁਨੇ ਸੁਤ ਭਾਨ ਡਰਿਓ ਇਸੇ ਤਰ੍ਹਾਂ ਡੱਡਾ ਰਾਰਾ ਰਾਰੇ ਦੇ ਪੈਰ ਚ ਅਦਾ ਜਈਆ ਹੈ ਜਿਵੇਂ ਪਹਿਲਾਂ ਸਮਝਾਇਆ ਹੈ ਰਾਰੇ ਸਿਆਰੀ ਐੜਾ ਉੜੇ ਔਂਕੜ ਇਸ ਦਿਨ ਅਗਲੀ ਪੰਕਤੀ ਵਿੱਚ ਵੀ ਪਾਠ ਆਇਆ ਹੈ ਭਾਨ ਦਾਸ ਭਾਨ ਪਾਠ ਬੋਲਾ ਸੋ ਆਸ ਜਗਤਤਰ ਗੁਰੂ ਕੀ ਇਨੂੰ ਜਗਤਰ ਨਹੀਂ ਕਹਿ ਦੇਣਾ ਜਗਤਰ ਪੜਨਾ ਹੈ ਕੀ ਦੇ ਉੱਤੇ ਵਿਸਰਾਮ ਪਾਰਸ ਭੇਟ ਪਰਸ ਕਰਿ ਆਓ ਇਸੇ ਤਰ੍ਹਾਂ ਜਿਵੇਂ ਡਰਿ ਆਓ ਕਰਿ ਆਓ ਅਗਲੀ ਪੰਕਤੀ ਦੇ ਵਿੱਚ ਧਰਿ ਆਓ ਇਸ ਤਰ੍ਹਾਂ ਦਾ ਵਿਚਾਰਨ ਹੈ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਰਨਾਖਸ ਫਾਰੇ ਕਰ ਆਜੇ ਉਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੁਪ੍ਰਸੰਨ ਕਲ ਯੁਗ ਹੋਏ ਰੱਖੋ ਦਾਸ ਬਾਟ ਕੀ ਲਾਜ ਤਿਆਨ ਦੇਣਾ ਹੈ ਅਬ ਰੱਖੋ ਇੱਥੇ ਵਿਸਰਾਮ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਪ੍ਰਹਿਲਾਦ ਪੜਨਾ ਹੈ ਆਹੇ ਦਿਸਿਆਰੀ ਦੀ ਆਵਾਜ਼ ਵੀ ਹੈ ਇੱਥੇ ਵਿਸਰਾਮ ਕੀ ਦੇ ਉੱਤੇ ਹੁਣ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਇੱਥੇ ਵਿਸਰਾਮ ਸ਼ੀਨਤ ਬਸਤਰ ਤ੍ਰਿਪਾਠ ਜਿਹੜਾ ਹੈ ਤਤੇ ਪੈਰ ਰਾਰਾ ਹੈ ਜਲਦੀ ਨਾ ਪੜਿਆ ਜਾਣਾ ਹੈ ਬਸਤਰ ਦੀਨ ਬਹੁਤ ਸਾਜ ਅਗਲਾ ਪਾਠ ਧਿਆਨ ਦੇਣਾ ਹੈ ਸੋਦਾਮਾ ਸਸੇ ਹੋੜਾ ਹੈ ਇਹਨੂੰ ਸਦਾਮਾ ਨਹੀਂ ਪੜਨਾ ਦੀਰਘ ਮਾਤਰਾ ਹੈ ਹੋੜਾ ਇਹਨੂੰ ਵੱਖਰਾ ਵੀ ਨਹੀਂ ਕਹਿ ਦੇਣਾ ਵੀ ਜਿਵੇਂ ਸੋਦਾਮਾ ਸੋਦਾਮਾ ਅਪਦਾ ਤੇ ਰਾਖਿਆ ਇੱਥੇ ਵਿਸਰਾਮ ਗਨਕਾ ਨੰਨੇ ਸਿਹਾਰੀ ਦੀ ਵਾਜ ਦੇਣੀ ਹੈ ਪੜਤ ਇਹ ਕਸ ਕੇ ਹੈ ਰਾੜੇ ਦੇ ਪੈਰ ਵਿੱਚ ਹਾ ਦਾ ਪੜਤ ਪੂਰੇ ਤਿਹਕਾਜ ਸ੍ਰੀ ਸਤਗੁਰੂ ਸੁਪ੍ਰਸੰਨ ਇਹ ਜੋ ਪਾਠ ਹੈ ਸਸਾ ਔਂਕੜ ਪਪੇਰੇ ਪੈ ਰਾਰਾ ਸਸੇ ਟਿਪੀ ਨੰਨਾ ਸਸੇ ਔਂਕੜ ਸਬੰਧ ਕਰਕੇ ਬੋਲਣੀ ਹੈ ਸੋ ਪ੍ਰਸੰਨ ਇੱਥੇ ਜਮਕ ਕਲਯੁਗ ਹੋਏ ਇੱਥੇ ਵਿਸਰਾਮ ਰੱਖ ਹੋ ਫਿਰ ਰੁਕ ਕੇ ਦਾਸ ਭਾਟ ਕੀ ਲਾਜ ਇਸ ਤਰ੍ਹਾਂ ਇਹ ਪਾਠ ਜੋ ਆਪ ਜੀ ਨੇ ਸਰਵਣ ਕੀਤਾ ਹੈ ਜੋ ਨਿਜਮ ਦੱਸੇ ਹਨ ਉਚਾਰਨ ਦੱਸੇ ਵਿਸਰਾਮ ਜਮਕ ਠਮਕ ਦਾ ਧਿਆਨ ਰੱਖ ਕੇ ਬੜੇ ਹੀ ਵਧੀਆ ਤਰੀਕੇ ਨਾਲ ਢੰਗ ਨਾਲ ਸਿੱਖ ਕੇ ਪੜਨਾ ਬੁੱਲਣਾ ਹੈ ਸਮਝਣਾ ਹੈ ਅਗਲਾ ਪਾਠ ਆਪ ਜੀ ਅਗਲੀ ਵੀਡੀਓ ਵਿੱਚ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ